ਮਾਤੜ ਨੂੰ ਬੁਲਾਉਂਦੇ ਨਹੀਂ, ਤਗੜੇ ਦੇ ਘਰ ਆਪੇ ਪਹੁੰਚ ਜਾਂਦੇ ਆ। ਮਾਤੜ ਡੇਰੇ ਗਿਆ ਹੋਵੇ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਨੀ, ਤਗੜੇ ਦੀ ਕੋਠੀ ਆਪੇ ਪਹੁੰਚ ਜਾਂਦੇ ਆਖੋ ਸਤਨਾਮ ਸ੍ਰੀ। ਤੁਸੀਂ ਵੇਖਿਓ ਵੱਡੇ ਵੱਡੇ ਬਿਪਰਵਾਦ ਆਪਣੀ ਚਾਲ 'ਚ ਕਾਮ ਉਜਾਬ ਹੋ ਰਿਹਾ। ਅੱਜ ਸਾਡੇ 'ਚ ਵੰਡੀਆਂ ਪਾਈਆਂ ਜਾ ਰਹੀਆਂ ਨੇ, ਸਾਡੇ ਜਿੰਨਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਸਾਡੇ ਸਾਰਿਆਂ ਦੇ ਸਾਂਝੇ ਨੇ। ਅੱਜ ਵੰਡੀਆਂ ਕਿੱਦਾਂ ਪਾਈਆਂ ਜਾ ਰਹੀਆਂ? ਇਹ ਭਗਤ ਰਵਿਦਾਸ ਨੂੰ ਮੰਨਣ ਵਾਲੇ ਨੇ, ਇਹ ਨਾਮਦੇਵ ਨੂੰ ਮੰਨਣ ਵਾਲੇ ਨੇ, ਇਹ ਕਬੀਰ ਪੰਥੀਏ ਨੇ। ਕੱਲ੍ਹ ਨੂੰ ਜੱਟ ਕਹਿਣਗੇ ਸਾਡਾ ਭਗਤ ਧੰਨਾ ਵੱਖਰਾ ਹੈ। ਤੁਸੀਂ ਨੋਟ ਕੀਤਾ ਹੋਣਾ ਅੱਜ ਸਾਡੇ 'ਚ ਵੰਡੀਆਂ ਕਿਵੇਂ ਪੈ ਰਹੀਆਂ ਨੇ? 35 ਮਹਾਂਪੁਰਖ ਇਕੱਠੇ ਬੈਠੇ ਨੇ, ਬਿਪਰਵਾਦ ਵੱਲੋਂ ਪਾਏ ਹੋਏ ਗੰਦਗੀ ਨੂੰ ਸਾਫ਼ ਕੀਤੀ ਇਹਨਾਂ ਮਹਾਂਪੁਰਖਾਂ ਨੇ, ਜੰਗ ਲੜੀ ਇਹਨਾਂ ਨੇ, ਭਗਤ ਕਬੀਰ ਜੀ ਵਰਗੇ ਯੋਧਿਆਂ ਨੂੰ ਹਾਥੀਆਂ ਅੱਗੇ ਬੰਨ ਕੇ ਸੁੱਟਿਆ ਅਗਲਿਆਂ ਨੇ। ਜਿਹਨਾਂ ਆਖਿਆ ਸੀ ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਕਾਂ ਕਾਹੇ ਦੁੱਖ ਮਾਨੇ ਆ। ਅਸੀਂ ਇੱਕ ਦੀ ਗੱਲ ਕੀਤੀ, ਲੋਕਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਹੋਈ। ਅੱਜ ਇੱਕ ਦੀ ਗੱਲ ਹੈ ਸਾਡੇ 'ਚ, ਅਸੀਂ ਨਸ਼ੇ ਪੀਂਦੇ ਹਾਂ, ਪੁੱਤਾਂ ਧੀਆਂ ਦੇ ਵਿਆਹ ਸ਼ਾਦੀਆਂ 'ਤੇ ਕਿੱਧਰ ਨੂੰ ਤੁਰ ਪਿਆ ਸਾਡਾ ਸਮਾਜ ਜੀ? ਅਸੀਂ ਆਪਣੇ ਬੱਚੇ ਬੱਚਿਆਂ ਦੇ ਆਨੰਦ ਕਾਰਜ ਕਰਦੇ ਹਾਂ, ਨਸ਼ਿਆਂ ਨੂੰ ਪਹਿਲ ਦਿੰਦੇ ਹਾਂ ਅਸੀਂ ਉੱਥੇ? ਕਿੰਨੇ ਪ੍ਰਸੈਂਟ ਸਾਡੇ ਪੰਜਾਬੀ ਪਰਿਵਾਰਾਂ ਵਿੱਚ ਇਹ ਗੱਲ ਹੋਏਗੀ ਜਿੱਦਣ ਅਸੀਂ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਹੈ, ਨਾ ਨਸ਼ਾ ਕਿਸੇ ਦੇ ਘਰ ਜਾ ਕੇ ਪੀਣਾ ਹੈ ਅਤੇ ਨਾ ਪਿਆਉਣਾ ਹੈ। ਆਪਣੀ ਕੋ ਪੀਵੇ 100 ਵਾਰ ਪੀਵੇ, ਹੈ ਜੀ? ਕਦੀ ਮਨ 'ਚ ਆਇਆ? ਸਰੂਪ ਗੁਰਦੁਆਰਾ ਸਾਹਿਬ ਨਹੀਂ ਜਾਂਦਾ, ਉੱਥੇ ਨਸ਼ੇ ਪਿਆਏ ਜਾਂਦੇ ਨੇ, ਫਿਰ ਮਹਾਰਾਜ ਅੱਗੇ ਖਲੋ ਕੇ ਅਰਦਾਸਾਂ ਕਰਦੇ ਹਾਂ ਸੱਚਿਆ ਪਾਤਸ਼ਾਹ ਇਹ ਸੁਭਾਗ ਜੋੜੀ ਇਹਨਾਂ ਦੀ ਬਣੀ ਰਹੇ। ਜਦੋਂ ਤੁਸੀਂ ਬੇਮੁੱਖ ਹੋਏ ਰਾਮ ਅਤੇ ਲੱਗਣ ਜਨਮ ਜੋ ਖਿਣਵੇਂ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ। ਤੁਸੀਂ ਤਾਂ ਗੁਰੂ ਵੱਲ ਹੀ ਪਿੱਠ ਕਰ ਲਈ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਂ ਨਾ ਕਾਈ ਪਾਏ। ਸਲਾਮ ਵੀ ਕੀਤਾ ਅਤੇ ਜਵਾਬ ਵੀ ਦੇ ਦਿੱਤਾ, ਸਲਾਮ ਵੀ ਕੀਤਾ ਅਤੇ ਜਵਾਬ ਵੀ ਦੇ ਦਿੱਤਾ। ਜਵਾਬ ਕਿਵੇਂ ਦਿੱਤਾ? ਬੋਲ ਕੇ ਥੋੜ੍ਹਾ ਦਿੱਤਾ, ਜਦੋਂ ਆਖੇ ਨਹੀਂ ਲੱਗੇ ਆਪਣੇ ਗੁਰੂ ਦੇ, ਗੁਰੂ ਦੀ ਗੱਲ ਹੀ ਨਹੀਂ ਮੰਨੀ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਕਿ ਮਹਾਰਾਜ ਨੇ ਕਿਹਾ ਕੀ ਸਾਨੂੰ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ ਅਸੀਂ ਮਨਾਉਂਦੇ ਹਾਂ, ਉੱਥੇ ਇਕੱਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ ਹੈ, ਨਾਲ ਗ੍ਰੰਥੀ ਦਾ ਵੀ ਪ੍ਰਕਾਸ਼ ਹੋਇਆ ਉਸ ਦਿਨ। ਆਪੋ ਆਪਣੇ ਇਲਾਕੇ ਦੇ ਗ੍ਰੰਥੀਆਂ ਦੀ ਰਿਸਪੈਕਟ ਕਰੋ, ਉਹਨਾਂ ਦੀ ਤਨਖਾਹ ਵੇਖੋ। ਮੈਂ ਵਿਦੇਸ਼ਾਂ ਜਾਂਦਾ, ਮੈਂ ਉੱਥੇ ਬੋਲ ਕੇ ਆਉਂਦਾ ਹੁੰਦਾ ਕਿ ਆਪੋ ਆਪਣੇ ਪਿੰਡਾਂ ਦੇ ਗ੍ਰੰਥੀਆਂ ਦੀ ਤਨਖਾਹ ਪੁੱਛੋ ਕਿੰਨੀ ਹੈ, ਕਿੰਨੀ ਤਨਖਾਹ ਉਹਨਾਂ ਦੀ। ਜਿੰਨੇ ਵੀ ਪੰਜਾਬ ਦੇ ਪਿੰਡ ਨੇ, ਹਰ ਪਿੰਡ ਵਿੱਚੋਂ ਅੱਜ 10-20 ਫੈਮਲੀਆਂ ਕੀ ਪਿੰਡਾਂ ਦੇ ਪਿੰਡ ਹੀ ਚਲੇ ਗਏ, ਅਤੇ ਮੈਨੂੰ ਲੱਗਦਾ ਬਾਹਰ ਬੈਠੇ ਸਿੱਖ ਵਾਸਤੇ ਕੋਈ ਏਡਾ ਔਖਾ ਕੰਮ ਨਹੀਂ। ਪਰ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਭਲਾ ਜੀ? ਦੇਹਧਾਰੀ ਬਾਬੇ ਨੂੰ ਇਕੱਲੇ ਨੂੰ ਗੱਡੀ ਲੈ ਕੇ ਦੇ ਦੇਣੀ ਹੈ, ਫਿਰ ਫੁੱਲਾਂ ਦੀ ਵਰਖਾ ਕਰਨੀ ਹੈ। ਇੱਧਰ ਨਹੀਂ ਧਿਆਨ ਸਾਡਾ, ਮਾਫ ਕਰਨਾ, ਇੱਧਰ ਨਹੀਂ ਧਿਆਨ, ਇਸ ਬੰਨੇ ਸਾਡੀ ਸੋਚ ਹੈ ਹੀ ਨਹੀਂ। ਆਪੋ ਆਪਣੇ ਇਲਾਕੇ ਦੇ ਪਿੰਡਾਂ ਦੇ ਗ੍ਰੰਥੀ ਵੇਖੋ, ਫਿਰ ਕੋਈ ਤੁਹਾਡੇ ਪਿੰਡ ਵਿੱਚ ਲੋੜਵੰਦ ਬੰਦਾ। ਮੈਂ ਹਰ ਸਟੇਜ 'ਤੇ ਇੱਕ ਸ਼ਬਦ ਬੋਲਦਾ ਹੁੰਦਾ, ਦਸਵੰਧ ਕੱਢਣ ਦੀ ਆਦਤ ਪਾਓ, ਭਾਵੇਂ ਤੁਹਾਡੀ ਕਿਰਤ ਥੋੜ੍ਹੀ ਹੈ ਅਤੇ ਭਾਵੇਂ ਤੁਹਾਡੀ ਕਿਰਤ ਜ਼ਿਆਦਾ ਹੈ, ਉਸ ਦਸਵੰਧ ਵਿੱਚੋਂ ਤੁਹਾਨੂੰ ਵੰਡਣ ਦੀ ਭਾਵਨਾ ਆਏਗੀ। ਆਪਣੇ ਇਲਾਕੇ 'ਚ, ਆਪਣੇ ਮੁਹੱਲੇ, ਆਪਣੀ ਗਲੀ 'ਚ ਹੀ ਵੇਖ ਲਓ, ਕਿਸੇ ਗਰੀਬ ਲੋੜਵੰਦ ਪਰਿਵਾਰ ਦੇ ਬੱਚੇ ਦੀ ਫੀਸ ਨਹੀਂ ਤਰੀ, ਸਿੱਧੀ ਜਾ ਕੇ ਸਕੂਲ 'ਚ ਫੀਸ ਤਾਰ ਆਓ। ਕਿਸੇ ਗਰੀਬ ਪਰਿਵਾਰ ਦੇ ਹੋਸਪਿਟਲ ਦਾ ਬਿੱਲ ਹੈ, ਥੋੜ੍ਹੀ ਜਿਹੀ ਹੈਲਪ ਕਰ ਦਿਓ ਨਾਲ ਉਹਦੀ। ਜਿੰਨਾ ਸਾਡਾ ਲੰਗਰਾਂ 'ਤੇ ਜ਼ੋਰ ਲੱਗ ਗਿਆ, ਇਹ ਵੀ ਲੰਗਰ ਸੀ ਇੱਕ, ਇੱਧਰ ਧਿਆਨ ਹੀ ਹੈ ਨਹੀਂ। ਕਿੰਨੇ ਮਰੀਜ਼ ਸਾਡੇ ਦਮ ਤੋੜ ਕੇ ਦਵਾਈਆਂ ਖੁਣੋ ਜੀ, ਦਮ ਤੋੜ ਕੇ ਜੀ ਦਵਾਈਆਂ ਖੁਣੋ ਸਾਡੇ ਮਰੀਜ਼। ਕਿੰਨੇ ਪਰਿਵਾਰ ਵਿਲਕ ਰਹਿ ਰਹੇ। ਮੈਨੂੰ ਕਈ ਵਾਰੀ ਤਰਸ ਆਉਂਦਾ ਕਿ ਸਾਡਾ ਸਮਾਜ ਕਿਹੜੇ ਬੰਨੇ ਤੁਰ ਪਿਆ। ਪੈਸਾ ਸਾਡੀ ਕੌਮ ਦੇ ਕੋਲ ਬਹੁਤ ਹੈ ਅਤੇ ਲੱਗ ਵੀ ਬਹੁਤ ਰਿਹਾ, ਲੱਗ ਗਲਤ ਜਗ੍ਹਾ 'ਤੇ ਰਿਹਾ।
ਜਿੱਥੇ ਲੱਗਣਾ ਚਾਹੀਦਾ ਉੱਧਰ ਨਹੀਂ ਲੱਗ ਰਿਹਾ। ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੇ ਨਾਲ ਖਲੋਵਾਂਗੇ, ਉਹਨਾਂ ਦੀ ਮਦਦ ਕਰਾਂਗੇ, ਕਹੀ ਜਾਣਾ ਜੀ ਕ੍ਰਿਸ਼ਨ ਦੂਜੇ ਬੰਨੇ ਸਾਡਾ ਸਮਾਜ ਤੁਰਿਆ ਜਾ ਰਿਹਾ, ਤੂੰ ਜਾਣਾ ਹੀ ਹੈ, ਜਦੋਂ ਅਸੀਂ ਉਸ ਬੰਨੇ ਧਿਆਨ ਦਿੱਤਾ ਹੀ ਨਹੀਂ।